ਨਮਸਕਾਰ ਕਿਸਾਨ ਸਾਥੀਓ ਮੇਰਾ ਨਾਮ ਹੈ ਜੀ ਦਵਿੰਦਰ ਸਿੰਘ son of ਸ਼੍ਰੀ ਦਰਸ਼ਨ ਸਿੰਘ ਗਾਮ ਮੰਮੜਖੇੜਾ ਤਹਿਸੀਲ ਸਾਦਲ ਸ਼ਹਿਰ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਮੈਂ ਜੀ ਅੱਜ ਤੁਹਾਨੂੰ ਆਪਦਾ ਖੇਤ ਦਿਖਾਉਣਾ ਜਿੱਥੇ ਮੈਂ ਨੂਜੀ ਵੀਡ ਸੀਡ ਦਾ ਹੈਗਾ ਜੀ ਆਪਣੇ ਸਿਮਸਿਮ ਨਾਂ ਦੀ ਵੈਰੈਟੀ ਹੈ ਇਹ ਲਾਈ ਵੀ ਹੈ ਮੇਰੇ ਖੇਤ ਦੇ ਵਿੱਚ ਇਹ ਮੈਂ ਸਾਰੇ ਭਰਾਵਾਂ ਨੂੰ ਇਹ ਹੀ ਰਾਏ ਦਵਾਂਗਾ ਵੀ ਇਹ ਦੇਖੋ ਤੁਸੀਂ ਆਪਣਾ ਨਰਮਾ ਕਿੰਨਾ ਸੋਹਣਾ ਫਾਲ ਹੈ ਇਹਨੂੰ ਲੜੀਦਾਰ ਫਾਲ ਹੈ ਇਹਦੇ ਟਿੰਡੇ ਵੇਖੋ ਕਿੰਨੇ ਮੋٹے ਸਾਈਜ਼ ਦੇ ਟਿੰਡੇ ਐ ਪੂਰਾ ਸਾਈਜ਼ ਐ ਚੁਗਾਈ ਇਹਦੀ ਬਹੁਤ ਸੋਹਣੀ ਹੋਈ ਟਿੰਡੇ ਦਾ ਵਜ਼ਨ ਬਹੁਤ ਜ਼ਿਆਦਾ ਹੈ ਬਿਮਾਰੀ ਬਹੁਤ ਘੱਟ ਆਉਂਦੀ ਐ ਇਹਦੀ ਹਾਈਟ ਕਰੀਬ-ਕਰੀਬ 7 7.5 ਫੁੱਟ ਦੇ ਕਰੀਬ ਹੁਣ ਹੈ ਐ ਨਰਮੇ ਦੀ ਵੈਰੈਟੀ ਨੂੰ ਦੋ ਪਾਣੀ ਲੱਗ ਚੁੱਕੇ ਐ ਦੂਪਹਿਰਾਂ ਤੀਜਾ ਪਾਣੀ ਸ਼ੁੱਕਰਵਾਰ ਦੇ ਕਰੀਬ ਲੱਗੂਗਾ ਹਜੇ ਤੱਕ ਇਹਦੇ ਵਿੱਚ ਦੋ ਸਪਰੇ ਹੋਈਆਂ ਕੋਈ ਬਿਮਾਰੀ ਵਾਲੀ ਤੁਹਾਨੂੰ ਜੇ ਗੱਲ ਮਹਿਸੂਸ ਵੀ ਨਹੀਂ ਹੋਊਗੀ ਇਹਦੇ ਜਿਹੜੇ ਠੀਂਡੇ ਦਾ ਸਾਈਜ਼ ਹੈ ਜੀ ਆ ਦੇਖੋ ਕਿੰਨਾ ਸੋਹਣਾ ਸਾਈਜ਼ ਹੈ ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਇਹ ਹੀ ਰਹਿ ਬਈ ਤੁਸੀਂ ਹੋ ਸਕੇ ਤਾਂ ਥੋੜਾ ਬਹੁਤ ਟ੍ਰਾਈ ਤੌਰ ਤੇ ਤੁਸੀਂ ਇਹ ਮੇਰੇ ਆਖਣ ਤੇ ਇਹ ਵੈਰਾਈਟੀ ਜ਼ਰੂਰ ਲਾ ਕੇ ਵੇਖੋ ਜੀ ਇਹਦਾ ਜਿਹੜਾ ਰੇਸ਼ਾ ਬਹੁਤ ਸੋਹਣਾ ਰੇਸ਼ਾ ਹੈ ਚੁਗਾਈ ਦੇ ਵਿੱਚ ਬਹੁਤ ਆਸਾਨ ਹੈ ਇਹ ਤੇ ਵਜਨ ਬਹੁਤ ਨਿਕਲਦਾ ਜੀ ਇਹਦਾ ਇਹ ਇੱਕ ਇਹੋ ਜਿਹੀ ਵੈਰਾਈਟੀ ਹੈ ਜਿਹੜਾ ਇੱਕੇ ਵਾਰੀ ਫਾਲ ਲੈ ਕੇ ਇੱਕੇਦਮ ਅਗੇਤਾ ਖਾਲੀ ਹੁੰਦਾ ਹੈ ਜਿਹਦੇ ਵਿੱਚ ਆਪਾਂ ਨੂੰ ਹਾੜੀ ਦੀ ਬਜਾਈ ਕਰਨ ਦੇ ਵਿੱਚ ਵੀ ਬਹੁਤ ਆਸਾਨੀ ਹੁੰਦੀ ਹੈ ਤੇ ਹਾੜੀ ਦੇ ਵਿੱਚ ਆਪਾਂ ਨੂੰ ਨੁਕਸਾਨ ਨਹੀਂ ਸਹਿਣਾ ਪੈਂਦਾ ਧੰਨਵਾਦ ਸਾਰੇ ਕਿਸਾਨ ਭਰਾਵਾਂ ਨੂੰ ਮੇਰਾ ਬਹੁਤ ਬਹੁਤ ਧੰਨਵਾਦ